ਸਾਡੇ ਇਸ ਮੁਸ਼ਾਇਰੇ ਦੇ ਵਿੱਚ ਇੱਕ ਤੋਹਫ਼ਾ ਤੁਹਾਡੇ ਲਈ, ਜਿਹਨੂੰ ਕਹਿੰਦਾ ਨਾ ਤੋਹਫ਼ਾ ਮਹਿਮਾਨ, ਜਨਾਬ ਵਿਕੀ ਗਾਜ਼ੀਆਬਾਦੀ। ਅੱਛਾ ਮੈਂ ਇਨਕਾ ਤਾਰਫ ਕਰਵਾ ਦੂੰ ਆਪਕੋ। ਨਾਜ਼ਰੀਨ ਬਹੁਤ ਬਹੁਤ ਸ਼ਾਇਰ ਸੁਣਾਂਗਾ ਆਪਣੇ, ਮਿਰਜ਼ਾ ਗਾਲਬ, ਫੈਜ਼ ਅਹਿਮਦ ਫੈਜ਼, ਸਾਰੇ ਤੁਸੀਂ ਸ਼ਾਇਰ ਸੁਣਨ ਨੇ, ਬਹੁਤ ਬਹੁਤ ਵੱਡੇ ਨਾਮਵਰ ਸ਼ਾਇਰ ਨੇ, ਰਿਸਪੈਕਟ। ਲੇਕਿਨ ਸਰ ਦੌਰ ਦੇ ਨਾਲ ਚੇਂਜ ਹੋਣਾ ਚਾਹੀਦਾ ਬੰਦੇ ਨੂੰ, ਸ਼ਾਇਰੀ ਦਾ ਸਟਾਈਲ ਚੇਂਜ ਹੋਣਾ ਚਾਹੀਦਾ, ਹਰ ਚੀਜ਼ ਚੇਂਜ, ਔਰ ਉਹ ਚੇਂਜ ਲੈ ਕੇ ਆਏਗਾ ਮੇਰਾ ਮਹਿਮਾਨ ਅੱਜ ਦਾ ਤੋਹਫ਼ਾ ਤੁਹਾਡੇ ਲਈ। ਯਕੀਨ ਕਰੋ ਇਹ ਸ਼ਾਇਰਾਂ ਦਾ ਅਨਵਰਟ ਟੋਲ ਆ, ਕੇਲਿਆਂ ਦਾ ਚਿਤਰੀ ਵਾਲਾ ਵਾ, ਇਹ ਅੰਗੂਰਾਂ ਦਾ ਕੰਧਾਰੀ ਆ, ਇਹ ਸ਼ਾਇਰਾਂ ਦੇ ਵਿੱਚ ਇੱਕ ਅਲੱਹਦਾ ਇਹਨਾਂ ਨੇ ਮੁਕਾਮ। ਇਹਨਾਂ ਦਾ ਇੱਕ ਸ਼ੇਰ ਸੁਣਾਉਂਦਾ ਮੈਂ, ਮੇਰਾ ਸ਼ੇਰ ਤੁਹਾਡਾ, ਹਾਂਜੀ ਤੁਹਾਡਾ, ਵਿੱਕੀ ਗਾਜ਼ੀਆਬਾਦੀ ਸਾਹਿਬ ਫਰਮਾਉਂਦੇ ਨੇ ਆਪਣੀ ਕਿਤਾਬ ਚੈਨ ਲੱਥ ਗਈ ਸੱਜਣਾ ਚ, ਠੀਕ ਆ ਜੀ, ਮੈਨੂੰ ਮਾਰਿਆ ਅੱਜ ਮੇਰੇ ਪਿਓ, ਮੈਨੂੰ ਮਾਰਿਆ ਅੱਜ, ਮੈਂ ਕਹਿ ਰਿਹਾ ਨਾ ਜੀ, ਮੇਰਾ ਸ਼ੇਰ ਹੈ, ਮੈਨੂੰ ਮਾਰਿਆ ਅੱਜ ਮੇਰੇ ਪਿਓ, ਇਹ ਹਾਜੀ ਸਾਹਿਬ ਇੱਕ ਚੌਲਾਂ ਦਾ ਭੋਰਾ ਤੇ ਦਿਓ। ਲੈ ਲੋਕੀ ਚੌਧਰੀ ਨੂੰ ਮੰਗਤ ਕਹਿੰਦੇ ਆ, ਸਭ ਤੋਂ ਪਹਿਲੇ ਜਨਾਬ ਮਿੱਠਾ ਬਗੈਰ ਤਵੀ, ਬਗੈਰ ਯਾਨੀ ਕਿ ਬਗੈਰ ਬਿਨਾ ਤਵੀ, ਤਵੀ ਤਵੀ ਨੀ ਹੁੰਦੀ ਰੋਟੀਆਂ ਵਾਲੀ, ਤਵੀ ਵਾਲੀ ਬਗੈਰ ਤਵੀ, ਬਗੈਰ ਤਵੀ, ਆਪ ਗਲਤ ਸਮਝ ਰਹੇ, ਮੈਂ ਮੁਝੇ ਮੈਨੂੰ ਵੀ ਪਹਿਲੇ ਥੋੜੀ ਜਿਹੀ ਹੋਈ ਸੀ ਹੈਰ ਤਵੀ। ਹਾਂ ਜਨਾਬ ਆਪਣਾ ਕਲਾਮ ਪੇਸ਼ ਕਰੇ, ਦੋ ਲੈਣਾ ਨਾ ਕਹਿੰਦੇ ਮੈਂ ਫਸ ਗਿਆ ਸੀ, ਇਹ ਕੀ ਹੈ, ਇਹਦਾ ਸ਼ੇਰ ਸੁਣਾਉਣਾ ਸ਼ੇਰ ਕਰਨਾ ਨਹੀਂ, ਅਜੇਬ ਜੋ ਦਾਤਰੀ ਵੀ ਕੱਢ ਲਓ, ਜੁੱਤੀ ਕੱਢਣ ਲਗਾਇਆ। ਅੱਛਾ ਤੁਸੀਂ ਮੂੰਹ ਚੋਂ ਨਾ ਨੱਟ ਕੱਢ ਲਓ, ਮੇਰੇ ਖਿਆਲ ਨੱਟ ਫਸਿਆ ਦਾ, ਉਹ ਕੱਢ ਲਓ, ਕਰਦੇ ਆ ਹੱਥ ਨੂੰ ਇੰਜ ਇੰਜ ਨਾ ਕਰੋ, ਪੈਨਸਲ ਇੰਜ ਹੀ ਵੱਜਣੀ, ਅੱਬੇ ਕੋਲ ਚੱਲ ਜਾਓ, ਮੇਤੇ ਨਾ ਪੈ ਜਾਣਾ ਉੱਥੇ ਚਲੇ ਜਾਓ, ਲੱਗਦਾ ਚੋਈ ਸਾਹਿਬ ਆਪਣੇ ਬਦਮਾਸ਼ ਨੂੰ ਮੂੰਹ ਚੋਂ ਗੋਲੀ ਗਿੱਲੀ ਕਰਕੇ ਦਿੰਦੇ। ਸਰ ਆਪ ਨੀਚੇ ਬੈਠ ਕੇ ਸੁਣਾਏ ਨਾ, ਮੁਸ਼ਾਇਰੇ ਕੋ ਵੱਟ ਫਿਰ ਰਿਹਾ, ਨੀਚੇ ਬੈਠ ਜਾ, ਬਹਿ ਕੇ ਸੁਣਾ, ਤੂੰ ਸ਼ੇਰ ਸੁਣਾਉਣੇ ਨਹੀਂ ਆ ਵੱਢਣੇ ਨੇ, ਤੂੰ ਨਾ ਗੱਲ ਕਰੋ ਤੇਰੇ, ਚੱਲ ਯਾਰ ਸੁਣਾ ਸੁਣਾ, ਇੰਨੀ ਗੱਲ ਨੂੰ ਕਹਿ ਦੇ ਵੀ ਜ਼ਰਾ ਧਿਆਨ ਨਾਲ ਸੁਣਾਏ, ਕਿਉਂ ਘਰ ਆਇਆ ਅੱਗੇ, ਮੈਂ ਤੇ ਕੋ ਗੋਲੀ ਖਾ ਲੈਣੀ ਇਹਨੂੰ, ਬਾਲਾ ਰਾਮ, ਅਰਜ਼ ਕੀਤਾ ਜੀ ਕਿ ਚਾਰ ਦਿਨਾਂ ਦੀ ਤੰਗੀ ਏ, ਯਾਰ ਜੀ ਆਹੀ ਕੁਛ ਕਰਨਾ ਮੈਂ, ਫਿਰ ਚੱਲਾ ਇੱਕ ਲੜਨ ਦੇ ਆਈ, ਦਾਤ ਦਿੱਤੀ ਏ, ਦਾਤ ਦਿੱਤੀ ਏ ਭਾਈ ਤੈਨੂੰ, ਸੱਤਾ ਚੁੱਲਿਆਂ ਦੀ ਗੱਲ, ਜਿੱਥੇ ਤੂੰ ਬੈਠੇ ਉੱਥੇ ਹੋ ਗਿਆ ਕਾਜ। ਚਲੋ ਜੀ, ਮੈਂ ਤੁਹਾਡਾ ਤਾਰਫ ਬਾਅਦ ਚ ਕਰਾਉਣਾ, ਮੈਂ ਵੱਡਾ ਨਿਜ਼ਾਮ ਕੀਤਾ, ਨਿੱਕੇ ਨਿੱਕੇ ਜੁਗਤਾਂ ਕਰਕੇ ਕਿਉਂ ਲੈਵਲ ਥੱਲੇ ਸਿੱਟ ਰਿਹਾ ਮੇਰੇ ਪਹਿਲੇ ਪੂਰਾ ਮੁਸ਼ਾਰਾ ਸਰ, ਮੈਂ ਕਹਿ ਰਿਹਾ ਤੁਹਾਨੂੰ ਐਂਡ ਤੇ ਪੇਸ਼ ਕਰਨਾ, ਐਂਡ ਲਾ ਦੇਣਾ ਤੁਸੀਂ, ਪਤਾ ਲੱਗੇਗਾ ਭਾਰੇ ਗੋਰੇ ਸ਼ਾਇਰ ਜਿਹੜੇ ਅੱਛੇ ਹੁੰਦੇ ਨਾ, ਉਹ ਨਾਰਮਲ ਗੁਫਤਗੂ ਵੀ ਵਜ਼ਨ ਚ ਕਰਦੇ ਨੇ, ਉਹਨੂੰ ਕਹਿ ਥੋੜਾ ਥੋੜਾ ਭੁੱਲ ਜਾਵੇ ਤੇ ਚੰਗਾ ਰਹੇਗਾ, ਇਹਨੂੰ ਪਰੇ ਕਰ ਲਾ ਸਰ, ਤੇ ਮੈਂ ਫਿਰ ਬਦਮਾਸ਼ ਕੋ ਪਾਣੀ ਤੇ ਮੰਗਾਉ, ਸਰ ਗਲਾ ਬੜਾ ਖਰਾਬ ਹੋਇਆ, ਮੈਂ ਤੈਨੂੰ ਮਹੀਨਾ ਹੋ ਗਿਆ ਸੁਣਾਉਂਦੇ ਆ, ਸ਼ੇਰ ਸੁਣਾ, ਰੁਸਣਾ ਕਿਉਂ ਹੈ ਤੇਰੇ ਵਰਗੇ ਸ਼ਹਿਰ, ਖਲੋਤੀ ਟਰਾਲੀ ਥੱਲੇ ਵੀ ਆ ਜਾਂਦੇ, ਚੁੱਪ ਕਰਾਓ ਫਿਰ ਯਾਰ, ਚੁੱਪ ਕਰ ਜਾਓ ਯਾਰ, ਤੁਹਾਡੀ ਮਿਹਰਬਾਨੀ, ਮੇਰੀ ਵਾਰੀ ਇਸ ਤਰ੍ਹਾਂ ਫਿਰ ਲੇਟ ਹੋ ਜਾਣੀ ਹੈ, ਚਾਰ ਦਿਨਾਂ ਦੀ ਤੰਗੀ ਹੈ, ਚਾਰ ਦਿਨਾਂ ਦੀ, ਥੈਂਕ ਯੂ ਜੀ ਜੀ, ਚਾਰ ਦਿਨਾਂ ਦੀ ਤੰਗੀ ਹੈ, ਅੱਗੋਂ ਕਿਹੜਾ ਚੰਗੀ ਹੈ, ਘਰੇਲੂ ਸ਼ੇਰ ਆ ਜੀ, ਚਾਰ ਦਿਨਾਂ ਦੀ ਤੰਗੀ ਏ, ਚਾਰ ਦਿਨਾਂ ਦੀ ਤੰਗੀ ਏ,
ਅੱਗੋਂ ਕਿਹੜੀ ਚੰਗੀ ਰੂੜੀ ਦੀ ਖੁਸ਼ਬੂ ਆਉਂਦੀ ਪਈ ਏ ਉਹਦੀ ਚੋਂ ਰੂੜੀ ਦੀ ਖੁਸ਼ਬੂ ਆਉਂਦੀ ਪਈ ਏ ਰੂੜੀ ਸੱਜਣਾ ਉਹ ਲੰਘੀ ਏ ਰੂੜੀ ਦੀ ਖੁਸ਼ਬੂ ਮੈਂ ਦਾਤ ਦੇਣੀ ਕਿ ਇਹ ਵੀ ਐਂਡ ਤੇ ਜਾਣੀ ਦਾਤ ਅੱਛੀ ਦਾਤ ਜਿਹੜੀ ਨਾ ਭਾਰੇ ਗੋਰੇ ਬੰਦੇ ਵਾਂਗੂ ਕਿਆ ਕਹਿੰਦੇ ਜ਼ਬਰਦਸਤ ਕਿਆ ਕਹਿੰਦੇ ਕਿਆ ਕਹਿੰਦੇ ਬਸ ਇਦਾਂ ਡੋਰ ਟੂ ਡੋਰ ਉਹ ਮੰਗਦੀ ਏ ਓਹੋ ਇਹ ਬਸੰਤ ਦਾ ਸ਼ੇਰ ਆ ਡੋਰ ਚ ਮੰਗਦੀ ਆ ਜੀ ਡੋਰ ਟੂ ਡੋਰ ਉਹ ਮੰਗਦੀ ਏ ਚੋਰੀ ਤੇਰੀ ਤਲਾਸ਼ੀ ਲੈਣ ਦਾ 70 ਰੁਪਏ ਨਿਕਲਣਾ ਤੇਰੇ ਕੋਲੋਂ ਦੱਸ ਦੇ ਡੋਰ ਟੂ ਡੋਰ ਉਹ ਮੰਗਦੀ ਪਈ ਏ ਵਾਹ ਵਾਹ ਜਿਹੜੀ ਇਹਦੇ ਨਾਲ ਮੰਗੀ ਏ ਬੂਟੀ ਡਰਿੰਕਰ ਪਿਓ ਉਹਦਾ ਇਹ ਬੂਟੀ ਡਰਿੰਕਰ ਉਹ ਵੀ ਪੂਰੀ ਭੰਗੀ ਏ ਰੌਲਾ ਪਾਇਆ ਤੇ ਸ਼ੇਰ ਤਾਂ ਕੁਛ ਵੀ ਨਹੀਂ ਨਿਕਲਿਆ ਮੇਰੇ ਹੱਥੋਂ ਬੋਤਲ ਡਿੱਗ ਪਈ ਮੇਰੇ ਹੱਥੋਂ ਬੋਤਲ ਡਿੱਗ ਪਈ ਸ਼ੁਕਰ ਹੈ ਖਾਲੀ ਸੀ ਦੁਬਾਰਾ ਪੜੀਏ ਮੇਰੇ ਹੱਥੋਂ ਬੋਤਲ ਡਿੱਗ ਪਈ ਮਾੜਾ ਖੰਗੀ ਏ ਲਓ ਜੀ ਸਰ ਤੁਸੀਂ ਸਿਰਫ ਤਿਆਰੀ ਫੜਨੀ ਆ ਇਹਨਾਂ ਸਾਰਿਆਂ ਦੇ ਉੱਤੇ ਇੰਜ ਕਰਕੇ ਮੈਂ ਤੁਹਾਨੂੰ ਰੱਖਣਾ ਜੇ ਤਿਆਰੀ ਮੈਂ ਬੈਠਾ ਨਹੀਂ ਜਾਵਾਂ ਮੈਂ ਮਤਲਬ ਕਿ ਜ਼ਰਾ ਮੈਂਟਲੀ ਤੌਰ ਤੇ ਆਪਣੇ ਵੱਡੇ ਵੱਡੇ ਸ਼ੇਰ ਦਿਮਾਗ 'ਚ ਹੋਮਵਰਕ ਕਰ ਲਓ ਇਹਨਾਂ ਸਾਰਿਆਂ ਨੇ ਜਦੋਂ ਮੁੱਕਣਾ ਨਾ ਇੰਜ ਮੈਂ ਜਿਹੜਾ ਨਾ ਗਿਫਟ ਲਵ ਯੂ ਲਵ ਯੂ ਚੋਰੀ ਦੀ ਤਿਆਰੀ ਹੌਲੀ ਰੱਖਣੀ ਆ ਨਹੀਂ ਤੇ ਤਿਆਰੀ ਉੱਤੇ ਦੀ ਆ ਜਨਾਬ ਸਾਡੇ ਜਿਹੜਾ ਆਪਣਾ ਸਰਦੇ ਮਹਿਫਲ ਕੀ ਨਾਂ ਸੀ ਤੁਹਾਡਾ ਨਾਂ ਜੀ ਉਹ ਤੁਸੀਂ ਦੱਸਣਾ ਸ਼ਾਇਰ ਨੰਬਰ 6 ਲੁਧਿਆਣਵੀ ਖੂਬਸੂਰਤ ਕਿਸਮ ਦੀ ਆਪਨੇ 6 ਲੁਧਿਆਣਵੀ ਯਾਨੀ ਛਟੇ ਹੋਏ ਸ਼ਾਇਰ ਹੈ ਛਟੇ ਹੋਏ ਜਨਾਬ ਪੇਸ਼ ਕਰੇਂਗੇ ਆਪ ਸ਼ੇਰ ਆਪਣਾ ਪੇਸ਼ ਕਰੇ ਜੀ ਭਾਵ ਦਾ ਪੜੀ ਇਹ 'ਚ 6 ਲੁਧਿਆਣਵੀ ਹੈਗੀ ਆ ਲੋਕੀ ਮੂੰਹ ਤੇ ਤੂੰ ਮੁੱਛਾਂ ਦੇ ਪਿੱਛੇ ਮੂੰਹ ਰੱਖਿਆ ਥੋੜਾ ਜਿਹਾ ਐਡੀਆਂ ਮੁੱਛਾਂ ਤੈਨੂੰ ਅਸਲ 'ਚ ਪਤਾ ਕਿ ਮੁਸ਼ਾਇਰੇ 'ਚ ਕੋਈ ਮੁੱਛ ਕੇ ਚੱਲੇ ਯਾਰ ਤੁਸੀਂ ਐਂਡ ਤੇ ਹੋਣਾ ਤੁਸੀਂ ਨਾ ਜੁਗਤ ਕਰੋ ਕੀ ਹੋ ਗਿਆ ਮੈਨੂੰ ਮਾਰ ਦਿਓ ਮੈਨੂੰ ਮੈਂ ਵੱਡਾ ਕੱਦ ਕਰ ਰਿਹਾ ਤੁਹਾਡਾ ਮੈਂ ਲੈ ਕੇ ਆਉਣਾ ਜੁਗਤਾਂ ਮਾਰ ਕੇ ਉਹ ਕੋਈ ਇੱਕ ਅੱਧੀ ਮੈਨੂੰ ਕਰਨ ਦੇ ਵਿੱਚੋਂ ਐਵੇਂ ਸੀਨੇ 'ਚ ਚੱਲ ਜਾਏਗੀ ਚੰਗੀ ਰਹੇਗੀ ਚਲੋ ਮੈਂ ਸੁਣ ਗੱਲ ਕਰਨੀ ਹੈ ਕਰ ਲਾ ਬਾਅਦ 'ਚ ਲੈਟ ਚੱਲ ਜਾਣੀ ਆ ਭਾਅ ਜੀ ਇੱਕ ਮਿੰਟ ਠਹਿਰ ਜਾਓ ਤੁਹਾਡੀ ਮਿਹਰਬਾਨੀ ਯਾਰ ਜਿਹੜਾ ਸਦਰ ਹੁੰਦਾ ਨਾ ਸਦਰੇ ਮਹਿਫਲ ਹੁੰਦਾ ਯਾਰ ਉਹਦੇ 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 ਤੇ ਰੱਖੀਦਾ ਹੁੰਦਾ ਉਹਨੇ ਸਾਰਾ ਕਰਨਾ ਹੁੰਦਾ ਤੁਹਾਡੇ ਅੱਗੇ ਹੋਰ ਕੀ ਰੱਖਦੀ ਅਸੀਂ ਜਨਾਬੇ ਸਬਰ ਸਾਹਿਬ ਜੀ ਆਪਕੀ ਨਜ਼ਰ ਇੱਕ ਸ਼ੇਰ ਹੈ ਸਰ ਤੁਸੀਂ ਕਿਹਾ ਸੀ ਕੋਲੋਂ ਬਣਾਈ ਤੇ ਕੋਲੋਂ ਬਣਾਉਣ ਦਾ ਕਿਹਾ ਸੀ ਨਾ ਤੇ ਇਹ ਕੀ ਹੈ ਤੂੰ ਉਦਾਂ ਹੀ ਸੁਣਾ ਦੇ ਫਿਰ ਤੈਨੂੰ ਰਹਿਣ ਦੇ ਪ੍ਰੋਗਰਾਮ ਦਾ ਹਿੱਸਾ ਅੱਗੇ ਰੱਖੋ ਤੇ ਲੋਕਾਂ ਨੂੰ ਲੱਗਦਾ ਸ਼ਾਇਰ ਕਸਮ ਖਾ ਕਿ ਲੋਕਾਂ ਨੂੰ ਅੱਗੇ ਰੱਖ ਕੇ ਵੀ ਲੱਗਣ ਦਿਆ ਵੀ ਸ਼ਾਇਰ ਸਰ ਮੈਂ ਕਸਮ ਨਹੀਂ ਖਾ ਸਕਦਾ ਮੈਨੂੰ ਖਲੀਆਂ ਪੈ ਜਾਂਦੇ ਆ ਰਹਿਣ ਦੇ ਇਕੱਲੇ ਵਾਲਾ ਸੁਣਾ ਦੇ ਪਿਸਤੌਲ ਆ ਸਾਰਾ ਹੀ ਰਹਿਣ ਦੇ ਹਾਂਜੀ ਇੱਧਰੋਂ ਖਤਮ ਕਰ ਚੱਲ ਯਾਰ ਸੁਣਾ ਜੀ ਜੀ ਅਰਜ਼ ਕੀਆ ਹੈ ਹਾਂ ਮੈਂ ਧੁੱਪ 'ਚ ਪੈਦਲ ਤੁਰ ਬੈਠਾ ਮੈਂ ਧੁੱਪ 'ਚ ਪੈਦਲ ਤੁਰ ਬੈਠਾ ਔਰ ਸ਼ਾਇਰ ਸੇ ਖੁਦ ਛਾਉਂ ਮੈਂ ਵੀ ਨਹੀਂ ਚਲਾ ਜਾਤਾ ਸਾਰੇ ਇੱਕ ਮਿੰਟ ਹੈ ਜੀ ਸਰ ਤੁਸੀਂ ਇਹ ਪੜ੍ਹ ਲਿਆ ਜੀ ਲੇਕਿਨ ਤੁਹਾਨੂੰ ਪਤਾ ਹੀ ਨਹੀਂ ਇਹ ਪੁੱਛਣਾ ਪਿਆ
ਚਲੋ ਪਲੀਜ਼ ਯਾਰ, ਮੇਰੇ ਪਾਸ ਟਾਈਮ ਬਹੁਤ ਕਮ ਹੈ, ਮੈਂ ਧੁੱਪ 'ਚ ਪੈਦਲ ਟੁਰ ਬੈਠਾ। ਨਹੀਂ ਸਰ, ਉਹ ਪੁੱਠਾ ਸੀ, ਹੁਣ ਸਹੀ ਪੜਨਾ। ਚਲੇ ਯਾਰ, ਮੈਂ ਧੁੱਪ 'ਚ ਪੈਦਲ ਟੁਰ ਬੈਠਾ। ਚਲੋ ਸ਼ੇਰ ਤੋਂ ਜ਼ਿਆਦਾ ਮੈਂ ਜਾਨੀ ਨੂੰ ਦੱਸ ਦਿਆਂਗਾ, ਇਹਦੇ ਮੂੰਹ 'ਤੇ ਚਪੇੜ ਮਾਰੀ। ਸਰ ਇਹ ਇੱਕ ਪਰਿਵਾਰ ਆ, ਅਸੀਂ ਪਿਆਰ ਭਾਪੜਾ ਪੜ ਬਈ ਜੀ। ਮੈਂ ਧੁੱਪ 'ਚ ਪੈਦਲ ਤੁਰ ਬੈਠਾ। ਅੱਗੇ ਏਡਾ ਵੱਡਾ ਟੋਇਆ ਸੀ, ਧੁੱਪ 'ਚ ਪੈਦਲ ਤੁਰ ਬੈਠਾ, ਅੱਗੇ ਏਡਾ ਵੱਡਾ ਟੋਇਆ ਸੀ, ਅੱਗੇ ਮੈਟਰੋ ਬੱਸ ਟੋਏ 'ਚ ਵੱਜੀ ਹੈ। ਮੈਟਰੋ ਬੱਸ ਟੋਏ 'ਚ ਵੱਜੀ ਹੈ, ਅੱਗੇ ਮੈਂ ਘਰ ਦਾ ਦਰਵਾਜ਼ਾ ਖੋਲ ਬੈਠਾ। ਓ ਹੋ 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 ਹੋ, ਬਈ ਰਖਤ ਨਹੀਂ ਮਿਲ ਰਿਹਾ ਕਿਸੇ ਨੂੰ, ਵੱਡਾ ਫਰੇਮ ਵੱਡਾ। ਓਏ ਹੋਏ, ਲਓ ਜੀ ਇਸ ਮੁਸ਼ਾਇਰੇ ਤੋਂ ਬਾਅਦ ਜੀ ਜੀ ਸੈਲਫੀਆਂ ਬਾਹਰ ਵੇਖਣਾ, ਲੋਕਾਂ ਨੇ ਹੱਥ ਚੁੰਮਣੇ ਨੇ। ਅੱਛਾ ਜੀ, ਅਜੇ ਧੁੱਪੇ ਹੋਏ ਨੇ।